ਲੁਧਿਆਣਾ ਦੇ ਸਰਕਟ ਹਾਊਸ 'ਚ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ 'ਚ ਉਹਨਾਂ ਵੱਖ-ਵੱਖ ਮੁੱਦਿਆਂ ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਈ ਸਵਾਲ ਚੁੱਕੇ ਉਹਨਾਂ ਕਿਹਾ ਕਿ ਜਲੰਧਰ 'ਚ ਵੀ ਭਾਜਪਾ ਦੇ 10 ਆਗੂਆਂ ਨੂੰ ਧਮਕੀਆਂ ਮਿਲ ਰਹੀਆਂ ਨੇ ਪਰ ਹੁਣ ਤੱਕ ਪੁਲਿਸ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਗਈ ਜਦਕੀ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਨੇ ਜਿਸ ਕਾਰਨ ਸਰਕਾਰ ਪੂਰੀ ਤਰ੍ਹਾਂ फेल साबित ਹੋ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਆਮ ਆਦਮੀ ਪਾਰਟੀ ਤੇ ਟਿੱਖਾ ਨਿਸ਼ਾਨਾ ਸਾਧਿਆ ਜਦ ਦੀ ਇਹ ਸਰਕਾਰ ਆਈ ਹੈ ਪੰਜਾਬ ਦੇ ਅੰਦਰ ਕਾਨੂੰਨ ਦਾ ਨਹੀਂ ਗੈਂਗਸਟਰ ਰਾਜ ਚੱਲ ਰਿਹਾ ਔਰ ਹੁਣ ਤਾਂ ਇਨਸੀਡੈਂਟ ਗ੍ਰਾਉਂਡ ਦੇ ਲਈ ਵੀ ਨਾ ਲੰਬਾ ਸਮਾਂ ਚਾਹੀਦਾ ਜੁਗਰਾਉਂਡ ਦੇ ਅੰਦਰ ਸ਼ਰਿਆ ਪਰ ਇੱਕ ਦਿਨ ਪਹਿਲਾਂ ਗੋਲੀ ਚੱਲ ਜਾਂਦੀ ਹੈ ਹੱਤਿਆਵਾਂ ਦਾ ਦੌਰ ਰੁਕ ਨਹੀਂ ਰਿਹਾ ਔਰ ਪੰਜਾਬ ਡਰ ਦੇ ਸائے ਦੇ ਅੰਦਰ ਪੰਜਾਬੀ ਜੀਵਨ ਜੀ ਰਿਹਾ ਹੈ ਭਇਆ ਦਾ ਵਾਤਾਵਰਨ ਇਹ ਸਰਕਾਰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਇਹ ਇਨਸੀਡੈਂਟ ਰੋਕਣ ਚ ਫੇਲ ਹੋ ਰਿਹਾ ਹੈ ਪੋਲਿਟੀਕਲ ਲੋਗੋਨ ਇੰਡਸਟਰੀ ਦੇ ਲੋਗੋਨ ਜਾ ਸਰਕਟ ਮੇ ਬਾਕੀ ਲੋਗ ਨੇ ਕੋਈ ਵੀ ਪ੍ਰੋਫੈਸ਼ਨ ਚੂਕਾ ਨਹੀਂ ਹੈ ਜਿਸ ਨੂੰ ਟੈਲੀਫੋਨ ਨਹੀਂ ਆ ਰਹੇ ਫਰੋਤੀ ਦੇ ਇਹਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਵੈਸੇ ਤੇ ਕੋਈ ਹਰ ਜ਼ਿਲ੍ਹਾ ਹੈ ਜਿੱਥੇ ਕਿਸੇ ਨਾ ਕਿਸੇ ਕਾਰਜਕਰਤਾ ਨੂੰ ਰੋਜ਼ ਟੈਲੀਫੋਨ ਆ ਰਿਹਾ ਧਮਕੀ ਦਿੱਤੀ ਜਾ ਰਹੀ ਹੈ ਲੇਕਿਨ ਜਲੰਧਰ ਆਪਣੇ ਦਸ ਨੇਤਾ ਐਸੇ ਨੇ ਜਿਨ੍ਹਾਂ ਨੂੰ ਲਗਾਤਾਰ ਟੈਲੀਫੋਨ ਆ ਰਿਹਾ ਔਰ ਪੁਲਿਸ ਜੜੀ ਕਿ ਜਿਹਦੇ ਜੁਮੇ ਹੈ ਸੁਰੱਖਿਆ ਦੇਣਾ ਸਰਕਾਰ ਦੇ ਜੁਮੇ ਮੁੱਢਲਾ ਕੰਮ ਹੁੰਦਾ ਹੈ ਸੁਰੱਖਿਆ ਦੇਣਾ ਸੀਪੀ ਦਾ ਬਤੀਰਾ ਇਸ ਤਰੀਕੇ ਦਾ ਉਥੋਂ ਦਾ ਕਿ ਖੁਦ ਟਾਈਮ ਦਿੰਦਾ ਡੈਪੂਟੇਸ਼ਨ ਨੂੰ ਲੇਕਿਨ ਖੁਦ ਮਿਲਦਾ ਨਹੀਂ ਹੈ ਇਹ ਗੱਲ ਸਮਝਣਾ ਮੈਂ ਇਹ ਤੁਹਾਡੀ ਜਾਣਕਾਰੀ ਦੇ ਲਿਆਦਾ ਮੇਰਾ ਮਤਲਬ ਇਹ ਨਹੀਂ ਹੈ ਕਿ ਬੀਜੇਪੀ ਕਿਤੇ ਡਰ ਰਹੀ ਹੈ ਨਾ ਧਮਕੀਆਂ ਤੋਂ ਅਸੀਂ ਉਹ ਲੋਕ ਹਾਂ ਜਿਨ੍ਹਾਂ ਦੀ ਪਰਿਵਰਿਸ਼ ਐਸੇ ਵਾਤਾਵਰਣ ਚ ਹੋਈ ਹੈ ਜਿਹੜਾ ਸੰਘਰਸ਼ ਕਰਨਾ ਜਾਣਦਾ ਅਸੀਂ ਅਤੰਕ ਦੇ ਦੌਰ ਦੇ ਅੰਦਰ ਵੀ ਬਲੀਦਾਨ ਦਿੱਤਾ ਪਰ ਪੰਜਾਬ ਦੇ ਏਕੇ ਨੂੰ ਪੰਜਾਬ ਦੇ ਭਾਈਚਾਰੇ ਨੂੰ ਚੋਟ ਨਹੀਂ ਲੱਗਣ ਦਿੱਤੀ ਲੇਕਿਨ ਪ੍ਰਸ਼ਾਸਨ ਕੋਲ ਨੰਬਰ ਜਾਂਦੇ ਨੇ ਮੈਂ ਨਾ ਇਸ ਤਰ੍ਹਾਂ ਕਿ ਨਹੀਂ ਲੈਣਾ ਚਾਹ ਰਿਹਾ ਕਿ ਕਿਹੜੇ ਕਿਹੜੇ ਕਾਰਜਕਰਤਾ ਤੁਹਾਡੇ ਲੁਧਿਆਣਾ ਤੋਂ ਸਾਡੇ মিডিਆ ਦੇ ਪ੍ਰਮੁੱਖ ਨੂੰ ਫੋਨ ਆਉਂਦੇ ਨੇ ਰੋਜ਼ ਫੋਨ ਆ ਰਹੇ ਨੇ ਐਵਰੀ ਡੇ ਜਲੰਧਰ ਦੇ ਅੰਦਰ ਪਾਰਟੀ ਦੇ ਸਰਕਰਟ ਦੇ 10 ਨੇਤਾਵਾਂ ਨੂੰ ਹੁਣ ਤੱਕ ਫੋਨ ਆਏ ਨੇ ਔਰ ਉਹ ਸੀਪੀ ਕੋਲ ਜਾ ਕੇ ਆਪਣੀ ਕੰਪਲੇਨ ਦੇਣਾ ਜਾਂਦੇ ਨੇ ਔਰ ਇਹ ਕਿਤੇ ਵੀ ਉਹਦੇ ਕੋਈ ਰਿਸਪੌਂਸ ਨਹੀਂ ਹੈ ਮਲੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਵੀ ਇਹ ਨੰਬਰ ਨੇ ਸਾਈਬਰ ਕ੍ਰਾਈਮ ਦੇ ਅੰਦਰ ਉਹਨਾਂ ਨੇ ਭੇਜਿਆ ਉਹਨੂੰ ਉਹਨਾਂ ਧਮਕੀਆਂ ਦਾ ਕੀ ਕੀਤਾ ਜਾਂ ਸਰਕਾਰ ਹੱਥ ਖੜੀ ਕਰ ਦੇ ਮੈਨੂੰ ਇਹ ਦੱਸੋ ਮੈਂ ਸਰਕਾਰ ਦੀ ਨੀਅਤ ਤੇ ਸ਼ੱਕ ਕਿਉਂ ਨਾ ਕਰਾਂ ਮੇਰਾ ਕਿਤੇ ਸਰਕਾਰ ਦੀ ਮਿਲੀ ਭਗਤ ਦੇ ਨਾਲ ਤੇ ਨਹੀਂ ਇਹ ਸਭ ਕੁਝ ਹੋ ਰਿਹਾ ਕਿ ਆ ਬੀਜੇਪੀ ਦੇ ਕਾਰਕਿਰਤਾ ਦੇ ਅੰਦਰ ਭਾਏ ਹੋਰ ਡਰ ਬੀਜੇਪੀ ਦੀ ਵੱਧਦੀ ਕ ਤਾਕਤ ਤੋਂ ਡਰੀ ਹੋਈ ਹੈ ਸਰਕਾਰ

ਉਨੇ ਹੀ ਆ ਮੁੱਖ ਮੰਤਰੀ ਜੀ ਦੇ ਘਰ ਦੇ ਬਾਹਰ ਜਾਂ ਦੂਸਰੀ ਜਗ੍ਹਾ ਉਹ ਸ਼ੈਲ ਮਿਲੇ ਮਾਮਲੇ ਉਸ ਤੋਂ ਬਾਅਦ ਉਹ ਮੀਡੀਆ ਦੇ ਸਾਹਮਣੇ ਆਂਦੇ ਨੇ ਕੈਨੇਡਾ ਤੋਂ ਉਹ ਕਹਿੰਦੇ ਨੇ ਕਿ ਇਹ ਆਸੀ ਕਰਵਾ ਰਹੇ ਆ ਕੀ ਮਾਨ ਸਰਕਾਰ ਇੱਕ ਵੀ ਸ਼ਬਦ ਉਹਦਾ ਕੋਈ ਵੀ ਪ੍ਰਵਕਤਾ ਕੋਈ ਵੀ ਮੰਤਰੀ ਉਹ ਡਰਾਏ ਨਹੀਂ ਕਰਦਾ ਕਿ ਪੰਨੂ ਜਦੋਂ ਇਹ ਕਹਿੰਦੇ ਆ ਕਿ ਇਹ ਸਰਕਾਰ ਬਣਾਉਣ ਦੇ ਲਈ ਅਸੀਂ ਤੁਹਾਡਾ ਸਹਿਯੋਗ ਕੀਤਾ ਫੰਡਿੰਗ ਕੀਤੀ ਹੁਣ ਸਾਡਾ ਅਜੰਡਾ ਲਾਗੂ ਕਰੋ ਕਿਤੇ ਇਹ ਸਰਕਾਰ ਬਕਵਾਦ ਫਲਾਣ ਵਾਲਿਆਂ ਦਾ ਅਜੰਡਾ ਤੇ ਨਹੀਂ ਅੱਗੇ ਵਧਾਰੀ ਕਿਉਂਕਿ ਇੱਕ ਵੀ ਸ਼ਬਦ ਮੁੱਖ ਮੰਤਰੀ ਜੀ ਨੇ ਡਿਨਾਈ ਨਹੀਂ ਕੀਤਾ ਪੰਨੂ ਦੀ ਚਿੱਠੀ ਦੇ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੈ ਇੱਕ ਵਾਰੀ ਫਿਰ ਤੁਹਾਡੇ ਮਾਧਿਅਮ ਨਾਲ ਮੈਂ ਪੁੱਛਦਾ ਪੰਨੂ ਨੂੰ ਲੈ ਕੇ ਬਕਵਾਦੀ ਸੋਚ ਨੂੰ ਲੈ ਕੇ ਇਹ ਸਰਕਾਰ ਕੀ ਸੋਚਦੀ ਹੈ ਇਹ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਜਿੱਦ ਤੱਕ ਬੀਜੇਪੀ ਨੂੰ ਡਰਾਣ ਦੀਆਂ ਜਿਹੜੇ ਫੋਨ ਆ ਰਹੇ ਨੇ ਔਰ ਸਰਕਾਰ ਨਿਸ਼ਕਰੀਏ ਨੇ ਜਾਗ ਜਾਏ ਸਰਕਾਰ ਡਰਾਣ ਨਾਲ ਭਏ ਨਾਲ ਬੀਜੇਪੀ ਡਰਨ ਵਾਲੀ ਨਹੀਂ ਲੇਕਿਨ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਲੋਕਾਂ ਦੇ ਲਈ ਅਗਰ ਸੜਕਾਂ ਤੇ ਆਣਾ ਜੁੱਪਿਆ ਮੈਂ ਡੀਜੀਪੀ ਨੂੰ ਇਸ ਪ੍ਰਸਕਾਰਨ ਬ੍ਰਿਧੇ ਮਾਧਿਅਮ ਨਾਲ ਇਹ ਕਹਿਣਾ ਚਾਹਨਾ कि जरा ਆਪਣੇ सीपी ਨਾਲ ਗੱਲ ਕਰਕੇ ਤੇ ਦੇਖੋ ਜਲੰਧਰ ਟਾਰਗੇਟ ਬਣਿਆ ਹੋਇਆ ਜਲੰਧਰ ਚ ਬਦਮਾਸ਼ੀ ਵਧ ਗਈ ਹੈ ਜਲੰਧਰ ਦੇ ਅੰਦਰ ਗੁੰਡਾ ਤੱਤ ਉਹ ਜਿਹੜੇ ਆ ਸਕਰੀਏ ਨੇ ਕੀ ਪੁਲਿਸ ਤੇ ਚੱਕ ਕਰਨ ਦਾ ਕਾਰਨ ਨਹੀਂ ਹੈ ਇਸ ਕਰਕੇ ਜਾਗ ਜਾਓ ਇਹਨਾਂ ਹੋਏ ਕਿ ਪੰਜਾਬ ਦੇ ਅੰਦਰ ਇਸ ਸਰਕਾਰ ਦਾ ਕਾਨੂੰਨ ਵਿਵਸਥਾ ਨੂੰ ਲੈ ਕੇ ਜੋ ਚਿਹਰਾ ਹੈ ਉਹ ਜਿਹੜੀ ਨਿਰਾਸ਼ਾ ਲੋਕਾਂ ਦੀ ਹੈ ਕਿ ਜਿਉ ਸੜਕਾਂ ਦੇ ਨਾਲ ਆ ਜੀ ਅਕੀਕਾ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ